ਵੜੇ ਵੜਾ ਇਹਨਾਂ ਦਾ ਅੱਲਾਹ ਇਹਨੇ ਗੁਰਦੁਆਰਾ ਦੇ ਪਾਟੇ ਕਿਤੇ ਹੁਣ ਮੈਂ ਤੁਸੇ ਗੁਰ ਮੌਲਵੀ ਸਾਹਿਬ ਕੋ ਵੀ ਰੱਖਿਆ ਸਾ ਕਿਤੇ ਹੀ ਸੋਚੋ ਕਿ ਕਿਆ ਥਿਆ ਕਿਉਂ ਇਹ ਪੋਜੀਸ਼ਨ ਬਣ ਗਈ ਅਸੇਰੀ ਕੌਮ ਨੇ ਸਭ ਕਨੇ ਜ਼ਿਆਦਾ ਦੇਖੋ ਕਿੰਨਾਂ ਹੱਥ ਦੇਖੋ ਅੱਲਾਹ ਸੇ ਬਸੀ ਦਿੱਤਾ ਮੁਸਾਣੀ ਪਾੜੇ ਅੱਲਾਹ ਇਹਨੇ ਕੋ ਹਰ ਸ਼ੈ ਦਿੱਤੀ ਅੱਲਾਹ ਇਹਨੇ ਕੋ ਇੱਜ਼ਤ ਦਿੱਤੀ ਅੱਲਾਹ ਇਹਨੇ ਕੋ ਜ਼ਮੀਨਾਂ ਦਿੱਤੀਆਂ ਲੇਕਿਨ ਅਫਸੋਸ ਦਰ ਅਫਸੋਸ ਅਫਸੋਸ ਦਰ ਅਫਸੋਸ ਕਿ ਆਪਸ ਵਿੱਚ ਵੇੜ 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 ਇੱਕ ਬੇਦਾ ਖੂਨ ਪੀ 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 ਬਿਆ ਕੋਈ ਅਗਰ ਉਤੇ ਵੇਦਾ ਪਿਆ ਉਹ ਕਹਿੰਦੇ ਸੜ ਸੜ ਹਸਦ ਅਸੇ ਕੋ ਅੱਜ ਥਾਪੋ ਜਾ ਦਿੱਤਾ ਅਸੇ ਜ਼ਮੀਨਾਂ ਆਬਾਦ ਕੋਨੀ ਅਸੇ ਦੇ ਕਹਿੰਦੇ ਇਤਨਾ ਉਹ ਕੋਣ ਭਲੇ ਕਾ ਮੁਲਕ ਦਾ ਫਾਲਟ ਹੈ ਭਲੇ ਮਹਿੰਗਾਈ ਦੀ ਭਲੇ ਕੁਛ ਦੀ ਪਰ ਇਹ ਹੱਕ ਦੀ ਗੱਲ ਹੈ ਜਿਹੜੇ ਮੈਂ ਕਰਨਾ ਇਹ ਕੋ ਆਪਣੇ ਗਹਿਰੇ ਪਾਣ ਛਾ ਕੋ ਹਮਜਦ ਇਹ ਘਰ ਦੇ ਬੰਗਲੇ ਚ ਮੈਂ ਬਹੁਤ ਕਾਫੀ ਦਫਾ ਔਰ ਤੇਰੇ ਪਿਓ ਦੇ ਟਾਈਮ ਵਿੱਚ ਆਇਆ ਕਿਆ ਸ਼ਾਨ ਆਈ ਹੁੰਦੀ ਉਹ ਵਾਲਾ ਇਤਾ ਇਤਾ ਹੋ ਵੀ ਗਿਆ ਸਾਬੂ ਕੋ ਖਾਵਣ ਜ਼ਰੂਰ ਥੀ ਕੀ ਬਾਤ ਹੈ ਤੁਸਾਂ ਲੋਗੇ ਦੀ ਬੰਦੇ ਕੀ ਅੱਲਾ ਤੁਸੇ ਕੋ ਦਿੱਤਾ ਅੱਜ ਮੁਸਾਣੀ ਪਾੜੇ ਦਾ ਹਾਲ ਹੈ ਮੈਂ ਤੁਸੇ ਨਾਲ ਮਿਹਨਤ ਕਰਨ ਕੋ ਤੁਹਾਰਾ ਅਗਰ ਮੁਸਾਣੀ ਪਾੜਾ ਤਿਆਰ ਹੋਵੇ ਤਾਂ ਮੈਂ ਤੁਸੇ ਦੀ ਇੱਜ਼ਤ ਕੋ ਬਹਾਲ ਕਰਨ ਵਾਸਤੇ ਤਿਆਰ ਹਾਂ ਵੱਡੀ ਵੱਡੀ ਦਾੜੀ ਰੱਖਤੇ ਤੁਸਾਂ ਕੋ ਅਸਾਂ ਦੀਨ ਹੈ ਚਲੇ ਗਏ ਸਵਾਲ ਹੀ ਪੈਦਾ ਨਹੀਂ ਕੀਤਾ ਇੱਕ ਕੌਮ ਇੱਕ ਵੱਡੀ ਕੌਮ ਹੈ ਨਿਗਾਰੀ ਇਹ ਕੌਮ ਨੂੰ ਉਹਦੇ ਚ ਮੁਸਾਣੇ ਕੋ ਅੱਲਾ ਇੱਜ਼ਤ ਦਿੱਤੀ ਹੈ ਹੁਣ ਤੁਸਾਂ ਅਗਰ ਆਪਣੀ ਇੱਜ਼ਤ ਕੋ ਅੱਲਾ ਦੇ ਬਾਰਗਾਹ ਤੋਬਾ ਕਰਦੇ ਸਹੀ ਨਮੂਨੇ ਹੱਥ ਤੁਸੇ ਦੇ ਹਲ ਔਰ ਕਿਉਂ ਦੀ ਦੁਆ ਲੱਗ ਸੇ ਤੁਸੇ ਤੁਸਾਂ ਠੀਕ ਠੀਕ ਵੇ ਸੋ ਇਨਸ਼ਾ ਪਾਣੀ ਵੀ ਆਵੇ ਲੱਗੇ ਵੀ ਖਤਮ ਦੀਨ ਦੇ ਜਾਓ ਔਰ ਆਪਣੇ ਆਪ ਕੋ ਬੜਾਓ ਤੇਰੇ ਵਾਲਦ ਸਾਹਿਬ ਦੇ ਟਾਈਮ ਕਿਆ ਮਾਸ਼ਾਅੱਲਾ ਵਕਤ ਦਾ ਜ਼ਬਾਨ ਦੇ ਪੱਕੇ ਕਿਨੇ ਗਲਤ ਗੱਲ ਨਾ ਕਰਨ ਹਮੇਸ਼ਾ ਖੜੇ ਰਹਿਣਾ ਗੁਰਦੁਆਰ ਇੱਕ ਆਲੀਸ਼ਾਨ ਪਟਕੇ ਸੋਹਣੇ ਹੋਰ ਤੁਸੀਂ ਦੇਖੋ ਇਹ ਮੇਰਾ ਆਪਣਾ ਖਾਂਦਾ ਉਹ ਕਿਉਂ ਮੈਂ ਕਹਿਣਾ ਨਹੀਂ ਫਿਟਾਇਆ ਮੇਰਾ ਅੱਲਾ ਗਵਾ ਫਿਟਾਇਆ ਮੈਂ ਕਿਆਮਤ ਦੀ ਵੀ ਇਹ ਸ਼ਾਇਦ ਜਵਾਬ ਦੇਵਣ ਕੋ ਤਿਆਰ ਹਾਂ ਅੱਲਾ ਮਾਫੀ ਦੇਵੇ ਨੇ ਮੈਂ ਕਿਉਂ ਨਾ ਤੰਗ ਕੀਤਾ ਮੈਨੂੰ ਤੰਗ ਕੀਤਾ ਗਿਆ ਪਿੱਛੇ ਮੈਂ ਮੇਰੀ ਤਬੀਅਤ ਵੀ ਮੈਂ ਹੇਠ ਪੈ ਤੇ ਨਹੀਂ ਕੁਝ ਕਰ ਮੈਂ ਅੱਕ ਤਕਬਰ ਕੋ ਨਹੀਂ ਆਕੜ ਕੋ ਨਹੀਂ ਪਰ ਇੱਕ ਇਨਸਾਨ ਆਪਣੇ ਭਰਾ ਕਨੇ ਸਮਝਦੇ ਯਾਰ ਇਹ ਤੇ ਮੇਰਾ ਆਪਣਾ ਛੇੜਾ ਥੀਂਦੇ ਇਕਤਦਾਰ ਹੈ ਛੇੜਾ ਥੀਂਦੇ ਇਕਤਦਾਰ ਹੈ ਉਹ ਸਹੀ ਸਮਝੋ ਜਿਹੜੋ ਥਿਓ ਸਾਕਣ ਹਣੇ ਇਕਤਦਾਰ ਮੇ ਅਚਿਓ ਹਣੇ ਪਤਾ ਨਹੀਂ ਕਾਦੇ ਹਲੋ ਮੇਰਾ ਕਹਿਣਾ ਜਿਹੜਾ ਨਹੀਂ ਥਿਆ ਇਕਤਦਾਰ ਸੋ ਮੈਂ ਨਾ ਕਿਹਾ ਕੋ ਛੋੜ ਨਾ ਮੈਂ ਉਹ ਕਿਤਾ ਮੇਰੀ ਹਾਂ ਇੱਜ਼ਤ ਦਾ ਸੌਦਾ ਮੈਂ ਨਾ ਕਰਨ ਕੋ ਜਾਰਾ ਨਾ ਕਰੇ ਸਖਤ ਮੇਰਾ ਇੱਕ ਕਸੂਰ ਹੈ ਮੈਂ ਕੌਮ ਵਾਸਤੇ ਵਿੜਦਾ ਮੇਰਾ ਇੱਕ ਕਸੂਰ ਹੈ ਕਿ ਮੈਂ ਕੌਮ ਕੋ ਕਹਿੰਦਾ ਤੁਸਾਂ ਇੱਜ਼ਤ ਮੰਦ
میرا ایک قصور ہے کہ میں تجھے دی عزت دا ان کو بو رکھے نا، میرا ایک قصور ہے کہ میں ہر مانو کو عزت دینا، ان کو احترام دینا، ان دی عزت کرنا، جیے میرے دین، میرے اللہ حکم فرمائے، میرے نبی حکم فرمائے۔ مار ساری زندگی میں سنتا آیا، سنتا آیا، سنتا آیا، سنتا بہت ہے مارن بھائی، مارن بھائی، مارن بھائی، ہے پرانو، ہی پرانو، یہ کلمہ پڑھتا ہے، یہ کلمہ پڑھتا، ماں کلمہ پڑھ دو، ساگیو ہو دو، کو فرق نہ ہو دو، مسلموں جا باہر ہے، مجھے بدی کر دیتا ہے۔ علی گور خان انہی ماں جی اتنی عزت گئی، اتنی عزت گئی جو ماں انہی جو شکر گزارا ہے، جو شکر گزارا ہے، تو عزو من تشا و تو ذل من تشا۔ اللہ اکبر، اللہ اکبر، اشہد ان لا الہ الا اللہ، اشہد ان لا الہ الا اللہ، اشهد ان محمد رسول الله، اشهد ان محمد رسول الله، حي على الصلاه، حي على الصلاه، حي على الفلاح، حي على الفلاح، الله اكبر، الله اكبر، لا اله الا میں پورا میرا ساتھ ہے، اُدھی ہر تکلیف میری تکلیف ہے، میری ہر تکلیف کا ہو بار دنیا زبان جو پکو مانو ماں زبان دیا تو پہلا، پر انہیں میں مجھے بڑی آئینہ ہے، انہیں میں اللہ رب عزت مجھے مالک کی مہربانی، انہیں ماں جے لئے بسائل پیدا کیا جو ماں انہیں دے پیر مارن جے دل میں عزت پیدا گئی ماں جے لئے یوں مجھے مالک کی مجھے کیڑی ہے سیر کیڑی مجھے ہے سیر کیڑو ماں اٹھ پٹ جو نوجوانا جو ماں اچھا تھا سائی مارو تو جی ہے اللہ مانے جس دل میں عزت پہ جاتا ہے یہ مانو ماں جی دل سا عزت کیا تو ہر مانو کے جیسا بھی ملے تو جیتو با تو چنگو سٹھو ماں ہے کہیڑو تو بہتر ماں پورو بس مجھو اترو سوالا نماز پڑھے بیو گئے تکبر کرے تھے نجی آئے لگے تو تھا کہ تکبر میں بیٹھو سو مجھا بھائروں دوستوں مزادہ بری ہوئے جو مجھو ٹائم ہی نہیں کسم جو تھی ہوئے جو مجھے ٹائم آنے آزان پر نماز بھی پڑھنی ہے ماں صرف یہ چاہے تو مسانیوں عہد کرے وٹھے عہد کر کے نو تو تکو میں کہندہ پہ اپنے دلے جہد کر کے نو میں تو سرے ہر مانو دا ڈچے ٹھیک کرے سا تو سے انصاف سے اسے فیصلے کرے سا تُسیری ہر شے کو میں پورا کرے سا تُسیری عزت دا خیال کرے سا اور تُسے کو کہیں دا محتاج تھے سوائے میرے مالک اور تیرے تے لازم ہے ہمجر تو بڑے چنگے دا پٹ تیرے تے لازم ہے کہ تو اٹھے تاکہ تیری ماں وہ کرے یہ کوئی گال کو نہیں کہ مانوا کہ تیری پھر نہیں آتے بیٹھو تو انشاءاللہ آج ایسا بنیاد رکھے دے پیوں ای قوم دی ترقی دی ای قوم دی بیگال میں تجھے کو بدا رہے
एक पहली पौड़ी इलेक्शन पहली पौड़ी हाँ इलेक्शन अच्छे तो इंशाल्लाह साल में अच्छे ने डेढ़ साल में अच्छे ने अच्छा ना रहा ऊपर सब गड़ों दा जो आओ इलेक्शन यहाँ साथ अली गौर जो खान जो साथ नहीं जाते हो ऐ पढ़ इसको बढ़ा हाँ एकड़ी गाल मत आए के बुधाई में ना लेगारे जो अजमल यार मैं हम चाहता का अजमल का पीऊं मेरी मर्जी तू लेखड़े सा मर ओ गुंगा मैं बोड़ा ओ गाल मत अजमल बाबा जोर ला को अजमल अजमल जिंदाबाद जिंदाबाद तो मैं देखो पहले लगाने का नाम लगाने का और करे पहले मेरा एक शौक है मेरा एक दिल है मेरी एक ख्वाहिश है मेरा इधर एक भाटरा बैठा वो पता नहीं भाटरा हम हत मत है करे से या ना करे से अदा उठी पो ये तो ना तेरा मेरा मेरा तुसा मेरी औलाद हो अगर ब्यूत है गु को जना के और पब्लिक ले ना आके पीछे तो समझो मैं ये अकेशन से अपनी गाल कर दे दूजे देखो ही तो भाव बड़ा क्योंकि इलेक्शन भी है इंशाल्लाह तू चेयरमैन थी तू ओ खिदमत कर दी मैं कुछ सब गवाही हां सही जा वजीर अहमद दे रहा है कह रहा है वजीर अहमद वजीर अहमद हां वजीर अहमद दे रहा है चेयरमैन पुट ਇਹਨਾਂ ਗੱਡੀ ਟੂਏ ਟੂਏ ਮਿਹਨਤ ਕਰਨੀ ਇਹ ਮੈਂ ਕੀ ਗੱਲ ਸਜਾਦ ਅਹਿਮਦ ਲਗਾਰੀ ਕਹਿ ਰਹਾ ਹੈ ਹਾਂ ਸਹੀ ਅਗੂ ਆ ਸਜਾਦ ਖੈਰ ਸਜਾਦ ਤੂੰ ਤੁਸਾਂ ਆਪ ਸੁਣਨੇ ਦੋ ਅੱਲਾ ਇਕੋ ਵੀ ਹਿੰਮਤ ਦੇਵੇ ਸ਼ਾਇਦ ਆਪਾਸ ਲਗਾਰੀ ਕਹਿ ਰਹਾ ਹੈ ਵੰਜਵਾ ये शायद आ गया एक को भी पूरी सपोर्ट कर भाईरन के बिचोंदों जो इन्हें जे मदद का जो साईं मीर जमान खान लिगारी ओ के ते अल्लाह ते को खुश रखे हिम्मत करे तेरे सब आवे तू जे वैदा हो ना हो मेरे हाथ लेगा रे तेरा वोट पर जो इन्हें इन्हें लोगों को तू सम मदद करनी है हुन हक असा इंशाल्लाह ताला अपना इलेक्शन कटे सो लेकिन ई वोट को ई जोश को वोट है तब ताकि माने को खबर लगे और अपने अंदर अपने फैन लेडीज को कटो वोट देवन और ख्याल रखो कि तुसेरा तुसेरा जहलदा तुसेरा जेरा वोट है वो 100% सरदार अली गौर खान भी है कहते कि सही वाह इन्हें कम कर दिखायो अरे वाह तो ही मुझे ताज़ा रिक्वेस्ट भी आई आई मुझे ऑर्डर भी आई आई मुझे दुआ भी आई पीछे दुआ लगाई इन्हीं का बंद करने का पहले आखिरी बारी वही गाल रिपीट कर दो मुसाने हो लगा रहे हो
میں اللہ کنے دعا کرنا، اللہ میرا گواہ ہے، میں جانا تجھے دا واپس ہو عروج آوے جیندے تسا مستحق